ਸੋਢੀ ਪ੍ਰੋਡਕਸ਼ਨ ਹਾਊਸ ਪੇਸ਼ ਕਰਦੇ ਨੇ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਬ ਨੂੰ ਸੁਣਾਵਣ ਤੁਦ ਆਵਦ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਬ ਨੂੰ ਸੁਣਾਵਣਾ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਬ ਨੂੰ ਸੁਣਾਵਣਾ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਬ ਨੂੰ ਸੁਣਾਵਣਾ ਆਵਤ ਮੇਰਾ ਮਨ ਤਨ ਹਰਿਆ ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਆਓ ਜੀ ਤੂੰ ਆਓ ਮਾਰੇ ਹਰ ਜਸ ਸਰਬ ਨੂੰ ਸੁਣਾਵਣਾ ਸੰਤ ਕਿਰਪਾ ਤੇ ਕਿਰਦੇ ਬਾਸੈ ਦੂਜਾ ਪਾਉ ਮਿਟਾਵਣਾ ਭਗਤ ਦਇਆ ਤੇ ਬੁੱਧ ਪਰਗਾਸੈ ਦੁਰਮਤ ਦੁੱਖ ਤਜਾਵਣਾ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਬ ਨੂੰ ਸੁਣਾਵਣਾ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਬ ਨੂੰ ਸੁਣਾਵਣਾ
ਦਰਸ਼ਨ ਭੇਟ ਦੇ ਹੋ ਤੂੰ ਪੁਨੀਤਾ ਪੁਨਰਪਕਾਰ ਪੁਨਾ ਪਾਵਣਾ ਨੌਨੇਦ ਰਿੱਧ ਸਿੱਧ ਪਾਈ ਜੋ ਤੁਮਰੇ ਮਨ ਪਾਵਣਾ ਆਓ ਜੀ ਤੂੰ ਆਓ ਮਾਰੇ ਹਰ ਜਸ ਸਰਗੁਣ ਸੁਣਾਵ ਆਓ ਜੀ ਤੂੰ ਆਓ ਮਾਰੇ ਹਰ ਜਸ ਸਰਗੁਣ ਸੁਣਾਵਣ ਆਵਤ ਮੇਰਾ ਮਨ ਤਨ ਹਰਿਆ ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਆਓ ਜੀ ਤੂੰ ਆਓ ਮਾਰੇ ਹਰ ਜਸ ਸਰਗੁਣ ਸੁਣਾਵਣਾ ਹਰ ਜਸ ਸਰਗੁਣ ਸੁਣਾਵਣ ਸੰਤ ਬਿਨਾ ਮੈਂ ਥਾਂ ਨਾ ਕੋਈ ਅਬਰ ਨ ਸੂਝੇ ਜਾਵਣਾ ਸੰਤ ਬਿਨਾ ਮੈਂ ਥਾਂ ਨ ਕੋਈ ਅਵਰ ਨ ਸੂਝੇ ਜਾਵਣਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਮੋਹੇ ਨਿਰਗੁਣ ਕੋ ਕੋਈ ਨ ਰਾਖੇ ਉਹ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਮੋਹੇ ਨਿਰਗੁਣ ਕੋ ਕੋਈ ਨ ਰਾਖੀ ਸੰਤਾਂ ਸੰਗ ਸਮਾਵਣਾ
ਕਹੋ ਨਾਨਕ ਗੁਰ ਚਲਤ ਦਿਖਾਇਆ। ਮਨ ਮਦੇ ਹਰ ਹਰ ਰਾਵਣਾ, ਆਓ ਜੀ ਤੂੰ ਆਓ ਮਾਰੇ, ਹਰ ਜਸ ਸਰਗੁਣ ਸੁਣਾਵਣਾ। ਸਰਗੁਣ ਸੁਣਾਵਣਾ, ਹਰ ਜਸ ਸਰਗੁਣ ਸੁਣਾਵਣਾ। ਹਰ ਜਸ ਸਰਬਨ ਸੁਣਾਵਣਾ, ਹਰ ਜਸ ਸਰਬਨ ਸੁਣਾਵਣਾ। ਸਾਜਨਾ ਸੰਤ ਆਓ ਮੇਰੇ, ਸਾਜਨਾ ਸੰਤ ਆਓ ਮੇਰੇ, ਆਓ ਮੇਰੇ, ਆਓ ਮੇਰੇ। ਸਾਜਨਾ ਸੰਤ ਆਓ ਮੇਰੇ, ਸਾਜਨਾ ਸੰਤ ਆਓ ਮੇਰੇ। ਸਾਜਨਾ ਸੰਤ ਸੰਤ ਆਓ ਮੇਰੇ,
ਸਾਜਨਾ ਸੰਤ ਆਓ ਮੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਨੰਦਾ ਗੁਣ ਗਾਏ ਮੰਗ ਕਸਮਲਾ ਮੀਟ ਜਾਹੇ ਪਰੇ ਰਹਿ ਆਨੰਦਾ ਗੁਣ ਗਾਏ ਮੰਗ ਕਸਮਲਾ ਮੀਟ ਜਾਹੇ ਪਰੇ ਰਹਿ ਆਓ ਮੇਰੇ 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 ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਸੰਤ ਚਰਨ ਤਰੋ ਮਾਥੈ ਚਾਂਦਨਾ ਗ੍ਰਹਿ ਹੋਏ ਅੰਧੇਰੈ ਸੰਤ ਚਰਨ ਤਰੋ ਮਾਥੈ ਚਾਂਦਨਾ ਗ੍ਰਹਿ ਹੋਏ ਅੰਧੇਰੈ ਆਓ ਮੇਰੇ 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 ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ
ਸੰਤ ਪ੍ਰਸਾਦ ਕਮਲ ਵੇਦਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਹੋਵੇ ਰੈ ਆਓ ਮੇਰੇ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ Thank you.
ਸਾਜਨਾ ਸੰਤ ਆਓ ਮੇਰੇ, ਸਾਜਨਾ ਸੰਤ ਆਓ ਮੇਰੇ, ਸਾਜਨਾ ਸੰਤ ਆਓ ਮੇਰੇ, ਸਾਜਨਾ ਸੰਤ ਆਓ ਮੇਰੇ, ਸਾਜਨਾ ਆਓ ਮੇਰੇ, ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਤੂੰ ਪਰੋ, ਕਬੀਰ ਸੇਵਾ ਕੋ ਦੁਇ ਭਲੇ, ਇੱਕ ਸੰਤ ਇੱਕ ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾ, ਸੰਤ ਜਨ ਆਪ ਜਪਦੇ ਨੇ ਤੇ ਸੁਖੀ ਨੇ, ਹੋਰਨਾਂ ਨੂੰ ਜਪਾਉਂਦੇ ਨੇ, ਸੁੱਖਾਂ ਨਾਲ ਝੋਲੀਆਂ ਭਰ ਦਿੰਦੇ ਨੇ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦੀ ਪਿਆਰ ਵਿੱਚ ਬੈਠੇ, ਜਿਨ੍ਹਾਂ ਨੇ ਜੇ ਅਸਥਾਨ ਵੀ ਬਣਾਇਆ ਨਾਨਕ ਸਰ ਕੇਵਲ ਭਗਤੀ ਦਾ ਕਰ, ਸੁਖ ਨਾਮ ਵਿੱਚ ਨੇ, ਸਾਧੂ ਦਾ ਸੰਗ ਕਰਨ ਦੀ ਸੰਗਤ ਜੀ, ਇਹੋ ਵਡਿਆਈ ਇਹੀ ਮਹਿਮਾ ਉਹ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਣ ਲਾ ਦਿੰਦੇ ਨੇ। ਆਪਾਂ ਸੰਸਾਰੀ ਹਾਂ, ਸਾਡੇ 100 ਦੁੱਖ ਨੇ ਤੇ 100 ਸੁੱਖ ਨੇ, ਤੇ ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸੁੱਖ ਹੀ ਸੁੱਖ। ਪਰ ਸਾਧੂ ਪੂਰਾ ਮਿਲ ਜਾਏ, ਲੋ ਬਾਣੀ ਦੇ ਵਿੱਚੋਂ ਇੱਕ ਐਸਾ ਪ੍ਰਮਾਣ ਦੇਵਾਂ ਤੁਹਾਨੂੰ, ਭਾਈ ਗੁਰਦਾਸ ਜੀ ਦੀ ਪੌੜੀ ਸੁਣਾਵਾਂ, ਜਦੋਂ ਸਾਧੂ ਮਿਲ ਜਾਂਦਾ ਏ, ਪੂਰਾ ਸੰਤ ਮਿਲ ਜਾਂਦਾ ਏ,
ਆ ਸੰਸਾਰ ਦੇ ਦੁੱਖਾਂ ਸੁੱਖਾਂ ਦੀਆਂ ਗੱਲਾਂ ਇੱਕ ਪਾਸੇ ਨਿਰੰਕਾਰ ਤੱਕ ਲੈ ਜਾਂਦਾ ਹੈ। ਗੁਰਮੁਖ ਬੇਣੀ ਭਗਤ ਕਰ ਜਾਈ ਇਕਾਂਤ ਬਹੇਲੀ ਬੁਲਾਈ, ਕਰਮ ਕਰੇ ਅਧਿਆਤਮੀ ਹੋਰ ਇਸ ਕਿਸੇ ਨਾ ਅਨਖ ਲਖਾ। ਬੈਣੀ ਵੀ ਇੱਕ ਦਿਨ ਘਰ ਦੇ ਕਲੇਸ਼ ਤੋਂ ਤੰਗ ਆ ਗਏ, ਬਹੁਤਾ ਘਰ ਵਿੱਚ ਕਲੇਸ਼ ਹੋ ਜਾਵੇ ਨਾ ਤੇ ਬੰਦਾ ਕਹਿੰਦਾ ਇਹਦੇ ਨਾਲੋਂ ਮੈਂ ਮਰ ਜਾਵਾਂ ਚੰਗਾ ਹੈ। ਪਰ ਸੰਗਤ ਜੀ ਇਹ ਤਾਂ ਸੱਚੀ ਮਰਨ ਵਾਸਤੇ ਟੁਰ ਪਏ, ਰੋਜ਼ ਦੇ ਕਲੇਸ਼ ਨਾਲੋਂ ਮੈਂ ਮਰ ਹੀ ਜਾਣਾ ਹੈ। ਉਹ ਇਕਾਂਤ ਵੱਲ ਨੂੰ ਤੁਰੇ ਜਾਂਦੇ ਨੇ ਤੇ ਜਦੋਂ ਤੁਰੇ ਜਾਂਦੇ ਨੇ ਉਹ ਸਾਹਮਣੇ ਕੋਈ ਬੰਦਗੀ ਵਾਲੀ ਰੂਹ ਪੂਰਨ ਸਾਧੂ ਸੰਤ ਬੈਠਾ ਸੀ। ਬੈਣੀ ਇੱਧਰ ਇਕਾਂਤ ਵੱਲ ਕਿੱਧਰ ਤੁਰਿਆ ਜਾਂਦਾ? ਕਹਿੰਦਾ ਘਰ ਦੇ ਕਲੇਸ਼ ਤੋਂ ਤੰਗ ਆ ਗਿਆ, ਸਾਰਾ ਦਿਨ ਕਾਰ ਵਿਹਾਰ ਕਰਦਾ ਫਿਰ ਵੀ ਪੂਰੀ ਨਹੀਂ ਪੈਂਦੀ, ਘਰ ਵਾਲੀ ਬੱਚੇ ਕਲੇਸ਼ ਕਰਦੇ ਨੇ ਤੇ ਤੰਗ ਆ ਕੇ ਮਰਨ ਵਾਸਤੇ ਡੁੱਬ ਪਿਆ, ਮੈਂ ਮਾਰੀ ਜਾਣਾ ਹੈ। ਮਹਾਂਪੁਰਸ਼ ਕਹਿੰਦੇ ਬੈਣੀ ਆਓ ਮੇਰੀ ਗੱਲ ਸੁਣ, ਮਰਨ ਦੇ ਨਾਲ ਕਰਮਾਂ ਦੇ ਦੁੱਖ ਸੁੱਖ ਨਹੀਂ ਮੁੱਕਦੇ, ਦੁੱਖ ਕਰਮਾਂ ਦੇ ਭੋਗਣੇ ਪੈਂਦੇ ਨੇ, ਮਰੇਗਾ ਫਿਰ ਜੰਮੇਗਾ ਫਿਰ ਕਤਾਰ ਵਿੱਚ ਲੱਗ ਜਾਵੇਗਾ ਦੁੱਖਾਂ ਦੀ। ਆ ਤੈਨੂੰ ਇਹੋ ਜਿਹੀ ਜੁਗਤੀ ਦੱਸ ਦੇਵਾਂ ਤੇਰੇ ਸਾਰੇ ਦੁੱਖ ਹੀ ਦੂਰ ਹੋ ਜਾਣ। ਉਹ ਕਿਹੜੀ? ਰੱਬ ਦੇ ਨਾਮ ਵਿੱਚ ਜੁੜਿਆ ਜਾਤ ਦਾ ਤੂੰ ਬ੍ਰਾਹਮਣ ਏ ਵਿਦਵਾਨ ਏ ਉਪਦੇਸ਼ ਵੀ ਕਰਦਾ ਏ, ਕੁਝ ਘੜੀਆਂ ਆਪਣੇ ਲਈ ਵੀ ਚੌਂਕੜਾ ਲਾਇਆ ਕਰ। ਲਓ ਜੀ ਪੂਰਾ ਸਾਧੂ ਮਿਲ ਗਿਆ, ਸਾਧੂ ਨੇ ਇਹ ਜੁਗਤ ਸਮਝਾ ਦਿੱਤੀ, ਕੁਝ ਸਮਾਂ ਚੌਂਕੜਾ ਲਾਇਆ ਕਰ ਆਪਣੇ ਲਈ ਵੀ। ਉਹ ਹੁਣ ਇਕਾਂਤ ਵਿੱਚ ਜਾਂਦਾ ਏ ਤੇ ਜਾ ਕੇ ਚੌਂਕੜਾ ਲਾ ਕੇ ਰੱਬ ਰੱਬ ਕਰਦਾ ਰਹਿੰਦਾ ਹੈ। ਕਈ ਦਿਨ ਲੰਘ ਗਏ, ਇੱਕ ਦਿਨ ਘਰ ਵਾਲੀ ਨੇ ਪੁੱਛ ਹੀ ਲਿਆ ਜੀ ਕਿਹੜੇ ਕੰਮ ਤੇ ਜਾਂਦੇ? ਕਹਿੰਦਾ ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਜਾਂਦਾ। ਤੇ ਉਹ ਕਹਿੰਦੀ ਪੈਸੇ ਕਿਉਂ ਨਹੀਂ ਲੈ ਕੇ ਆਉਂਦੇ? ਆਖਣ ਲੱਗਾ ਰਾਜਿਆਂ ਨੂੰ ਕੌਣ ਆਖੇ, ਵੱਡੇ ਲੋਕ ਨੇ, ਉਹਨਾਂ ਦੀ ਜਿੱਦਣ ਮਰਜ਼ੀ ਉਹਨਾਂ ਉਦਣ ਹੀ ਦੇਣੇ ਨੇ। ਕਹਿੰਦੀ ਚੰਗਾ ਰਾਜਾ ਹੈ, ਸੌ ਗ੍ਰਿਸ਼ਤੀਆਂ ਦੇ ਖਰਚੇ ਲੈਣੇ ਦੇਣੇ ਹੁੰਦੇ ਨੇ,
ਉਹ ਇਹ ਨਹੀਂ ਸੋਚਦਾ ਵੀ ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਏਗਾ। ਦਲਾਸਾ ਦਿੰਦਾ ਏ, ਕਹਿੰਦਾ ਮਿਲ ਜਾਣਗੇ ਪੈਸੇ। ਇਹ ਭਾਈ ਗੁਰਦਾਸ ਜੀ ਦੀ ਪੌੜੀ ਹੈ, ਸੁਣਾਵਾਂ ਤੁਹਾਨੂੰ। ਗੁਰਮੁਖ ਬੇਣੀ ਭਗਤ ਕਰ, ਜਾਏ ਅਕਾਂਤ ਬਹੇਲੀ ਵਿਲਾਈ, ਕਰਮ ਕਰੇ ਅਧਿਆਤਮੀ, ਹੋਰ ਕਿਸੇ ਨ ਅਲਖ ਲਖਾਏ, ਕਰ ਆਇਆ ਜਾਂ ਪੁੱਛੀਏ, ਰਾਜ ਦੁਆਰ ਗਿਆ ਲਾਏ। ਘਰ ਵਾਲੀ ਪੁੱਛਦੀ ਹੈ ਨਾ ਕਿੱਥੇ ਜਾਂਦੇ ਹੋ ਕੰਮ ਤੇ, ਕਹਿੰਦਾ ਰਾਜੇ ਦੇ ਦਰਬਾਰ ਚ ਕਥਾ ਕਰਨ। ਘਰ ਸਭ ਬਥ ਮੰਗੀਆਂ ਨੇ, ਬਲ ਛਲ ਕਰਕੇ ਚੱਤ ਲਗਾ। ਹੁਣ ਘਰ ਵਾਲੀ ਤੇ ਖਰਚਾ ਮੰਗਦੀ, ਉਹ ਬਲ ਛਲ ਕਰਕੇ ਸਮਾਂ ਕੱਢੀ ਜਾਂਦਾ ਹੈ। ਤੇ ਇੱਕ ਦਿਨ ਘਰ ਵਾਲੀ ਨੇ ਕਹਿ ਹੀ ਦਿੱਤਾ, ਕਹਿੰਦੇ ਜਿਨ੍ਹਾਂ ਦੇ ਦੇਣਦਾਰ ਹਾਂ ਰੋਜ਼ ਦਰਵਾਜ਼ੇ ਤੇ ਆ ਕੇ ਬੋਲਦੇ ਨੇ, ਬੱਚੇ ਰੋਟੀਆਂ ਭੁੱਖਿਆਂ ਬਿਲਕਦਿਆਂ ਸੌਂ ਜਾਂਦੇ ਨੇ, ਜੇ ਅੱਜ ਤੁਸੀਂ ਪੈਸੇ ਨਾ ਲੈ ਕੇ ਆਏ, ਬੇਸ਼ੱਕ ਤੁਸੀਂ ਵੀ ਨਾ ਆਇਓ ਘਰ ਨੂੰ, ਕੋਈ ਲੋੜ ਨਹੀਂ ਤੁਹਾਨੂੰ ਘਰ ਆਉਣ ਦੀ, ਬਹੁਤ ਬੋਲ ਕਬੋਲ ਬੋਲੇ ਨੇ। ਸੰਗਤ ਜੀ, ਅੱਜ ਇਕਾਂਤ ਵਿੱਚ ਜਦੋਂ ਜਾ ਕੇ ਚੌਂਕੜਾ ਲਾਇਆ ਇਹ ਨਾ, ਕਈ ਵਾਰੀ ਨਾ ਦੁੱਖ ਦੁਆ ਬਣ ਜਾਂਦਾ ਹੈ। ਆ ਜਦੋਂ ਮੁਸੀਬਤ ਆ ਜਾਵੇ ਨਾ, ਜਿਹੜੇ ਨਹੀਂ ਵੀ ਪਾਠ ਕਰਦੇ ਉਹ ਵੀ ਗੁਟਕਾ ਚੁੱਕ ਲੈਂਦੇ ਨੇ, ਕਈ ਵਾਰੀ ਦੁੱਖ ਵੀ ਰੱਬ ਤੱਕ ਲੈ ਜਾਂਦਾ। ਐਸਾ ਚੌਂਕੜਾ ਮਾਰਿਆ ਤੇ ਬੈਰਾਗ ਵਿੱਚ ਆ ਗਿਆ, ਓਏ ਮੇਰੇ ਆ ਰੱਬਾ, ਬੰਦਗੀ ਕਰਦੇ ਹੋ ਵੀ ਘਰ 'ਚ ਕਲੇਸ਼ ਹੈ, ਕਦੋਂ ਮੁੱਕਣਾ ਏ ਕਲੇਸ਼। ਅੱਜ ਘਰ ਵਾਲੀ ਨੇ ਕਿੰਨੇ ਕਬੂਲ ਬੋਲ ਦਿੱਤੇ ਨੇ, ਕਹਿੰਦੀ ਘਰ ਆਉਣ ਦੀ ਵੀ ਲੋੜ ਨਹੀਂ ਤੈਨੂੰ, ਇਕਾਂਤ ਚਿੱਤ ਐਸੀ ਉਸ ਰੱਬ ਦੀ ਨਾਲ ਇਕਮਿਕ ਹੋ ਗਿਆ। ਅਗਲੀ ਪੰਕਤੀ ਸੁਣਿਓ ਕੈਸੀ ਕਮਾਲ ਦੀ ਹੈ, ਨਾਮ ਦੀ ਮਹਿਮਾ ਹੈ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਤਿਆ, ਜਿਸ ਵਾਰੇ ਭਗਤ ਦੀ ਰਾਜਾ ਹੋਏ ਕੀ ਘਰ ਚੱਲਿਆ ਵੈ, ਉਹ ਤੇ ਇਕਾਂਤ ਵਿੱਚ ਬੈਠੇ ਨੇ, ਰੱਬ ਜੀ ਨਾਲ ਜੁੜ ਗਏ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ, ਪੈਜ ਸਵਾਰੇ ਭਗਤ ਦੀ ਰਾਜਾ ਹੋਏ ਕੇ ਘਰ ਚਾ ਲਾਵੇ। ਉਸ ਰੱਬ ਜੀ ਨੇ ਦੇਸ਼ ਦੇ ਰਾਜੇ ਦਾ ਰੂਪ ਬਣਾ ਲਿਆ, ਉਹ ਬੈਣੀ ਦੀ ਨਗਰੀ ਵਿੱਚ ਚਲਾ ਗਿਆ।
ਤੇ ਜਾ ਕੇ ਪੁੱਛਦਾ ਫਿਰਦਾ ਕਿਉਂ ਜੀ ਇੱਥੇ ਬੈਣੀ ਦਾ ਘਰ ਕਿੱਥੇ ਹੈ। ਸੰਗਤ ਜੀ ਉਹ ਹੁਣ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ, ਉਹਨੂੰ ਇਹ ਨਹੀਂ ਪਤਾ ਬੈਣੀ ਦਾ ਘਰ ਕਿੱਥੇ। ਆਪਣੇ ਸੇਵਕ ਦੀ ਇੱਜ਼ਤ ਵਡਿਆਈ ਬਣਾ ਰਿਹਾ ਹੈ। ਬੈਣੀ ਦਾ ਘਰ ਕਿੱਥੇ? ਲੋਕ ਬੜੇ ਹੈਰਾਨ। ਚੰਗਾ ਕੱਪੜਾ ਉਹਨੇ ਕਦੇ ਨਾ ਪਾਇਆ, ਰੱਜ ਕੇ ਰੋਟੀ ਨਾ ਪਾਈ, ਤੇ ਰਾਜਾ ਅਹਿਲਕਾਰ ਛਪਾਈ ਉਹਦਾ ਘਰ ਪੁੱਛਦੇ ਫਿਰਦੇ ਨੇ। ਪੈ ਜਿਸ ਵਾਰੇ ਭਗਤ ਦੇ ਰਾਜਾ ਹੋਏ ਕੇ ਘਰ ਚੱਲ ਆਵੇ, ਰਾਜਾ ਹੋਏ ਕੇ ਘਰ ਚੱਲਿਆ, ਜਾ ਕੇ ਉਸ ਨਿਰੰਕਾਰ ਨੇ ਰਾਜੇ ਦਾ ਰੂਪ ਬਣਾਇਆ ਏ, ਤੇ ਬੈਣੀ ਦੇ ਘਰ ਦਰਵਾਜ਼ਾ ਖੜਕਾ ਦਿੱਤਾ। ਬੈਣੀ ਜੀ, ਘਰਵਾਲੀ ਨੇ ਖੋਲਿਆ ਦਰਵਾਜ਼ਾ, ਉਹ ਵੇਖ ਕੇ ਡਰ ਗਈ। ਕਹਿੰਦੀ ਜੀ ਬੈਣੀ ਤਾਂ ਘਰ ਨਹੀਂ ਹਨ, ਉਹ ਤੇ ਗਏ ਹੋਏ ਨੇ। ਤੇ ਨਿਰੰਕਾਰ ਕੀ ਆਖਦੇ ਨੇ? ਕਹਿੰਦੇ ਮੈਂ ਉਹੀ ਰਾਜਾ ਹਾਂ ਜਿਸ ਰਾਜੇ ਦੇ ਦਰਬਾਰ ਵਿੱਚ ਤੇਰਾ ਘਰ ਵਾਲਾ ਕਥਾ ਕਰਨ ਜਾਂਦਾ ਹੈ। ਛੱਟ ਦੇਣੀ ਅੰਦਰ ਗਈ, ਵਛਾਈ ਕੀਤੀ, ਜੀਉ ਆਇਆ ਆਖਿਆ। ਕਹਿੰਦਾ ਭਲੀਏ ਬੈਣੀ ਮੇਰੇ ਦਰਬਾਰ ਵਿੱਚ ਕਥਾ ਕਰਨ ਜਾਂਦਾ, ਸਵਾ ਕੁਝ ਇਹਦਾ ਇਹੋ ਜਿਹਾ, ਇਹ ਮੰਗਦਾ ਕੁਝ ਨਹੀਂ, ਕਿਸੇ ਚੀਜ਼ ਦੀ ਲੋੜ ਹੋਵੇ ਤੈਨੂੰ ਸੱਦ ਸੁਨੇਹਾ ਭੇਜਣ ਦੀ ਵੀ ਲੋੜ ਨਹੀਂ, ਤੂੰ ਮਨ ਵਿੱਚ ਸੋਚ ਲਈ ਪਹੁੰਚ ਜਾਇਆ ਕਰੇ। ਹੁਣ ਘਰ ਵਾਲੀ ਤੇ ਸੁਣ ਕੇ ਹੈਰਾਨ ਹੋ ਗਈ ਵੀ ਇਹ ਕਿਹੜੀ ਗੱਲ ਹੈ ਵੀ ਸੋਚ ਲਵਾਂ ਦੇ ਸਮਾਨ ਸਭ ਪੁੱਜ ਜਾਇਆ ਕਰੇ। ਸੋਚੇਗੀ ਤਾਂ ਵੀ ਸਭ ਕੁਝ ਸੁੱਖ ਪਹੁੰਚ ਜਾਣਗੇ। ਧਨ ਦੌਲਤ ਖਜ਼ਾਨੇ ਭਰ ਦਿੱਤੇ, ਢੇਰ ਲਾ ਦਿੱਤਾ, ਤੇ ਨਾਲੇ ਕਹਿ ਦਿੱਤਾ ਇਹ ਤੇਰਾ ਕੱਚਾ ਮਕਾਨ ਢਾ ਕੇ ਇਹ ਵੀ ਪੱਕਾ ਬਣਾ ਦੇਣਾ। ਸਿਪਾਹੀਆਂ ਅਹਿਲਕਾਰਾਂ ਸੇਵਾਦਾਰਾਂ ਕਿਸੇ ਸੇਠ ਦੀ ਜ਼ਿੰਮੇਵਾਰੀ ਲਾ ਕੇ ਕਹਿ ਦਿੱਤਾ ਇਹ ਵੀ ਤੇਰਾ ਪੱਕਾ ਬਣਾ ਦੇਣਾ ਹੈ। ਧਨ ਨਾਲ ਘਰ ਭਰ ਗਏ, ਦੇ ਦਲਾਸਾ ਤੁਸ ਕੇ ਅਣਗਿਣਤੀ ਖਰਚਾ ਪਹੁੰਚਾਵੇ। ਇਹ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਦਲਾਸਾ ਵੀ ਦੇ ਕੇ ਗਏ ਨੇ ਤੇ ਅਣਗਿਣਤ ਖਰਚਾ ਵੀ ਦੇ ਕੇ ਗਏ ਨੇ। ਫਿਰ ਬਈ ਉਥੋਂ ਆਇਆ ਭਗਤ ਪਾਸ, ਹੋਏ ਦਿਆਲ ਹੀ ਤੇ ਉਪਜਾਵੇ, ਭਗਤ ਜਨਾ ਜੈਕਾਰ ਕਰਾਵੇ।
ਭਗਤ ਜਨਾ ਜੈਕਾਰ ਕਰਾਵੇ। ਉਥੋਂ ਆਇਆ ਭਗਤ ਪਾਸ, ਫਿਰ ਉਥੋਂ ਬੈਣੀ ਜੀ ਦੇ ਕੋਲ ਚਲੇ ਗਏ। ਕੀ ਆਵਾਜ਼ਾਂ ਦਿੱਤਾ, ਬੈਣੀ ਜੀ ਜਾਓ ਆਪਣੇ ਘਰ ਚਲੇ ਜਾਓ। ਜਦੋਂ ਬੈਣੀ ਆਪਣੇ ਘਰ ਆਇਆ ਤੇ ਰੰਗ ਢੰਗ ਵੇਖ ਕੇ ਹੈਰਾਨ ਹੋ ਗਿਆ। ਘਰ ਵਾਲੀ ਬੱਚੇ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ, ਹਰ ਤਰ੍ਹਾਂ ਦੀ ਸੁੱਖ ਸੁਵਿਧਾ ਧਨ ਦੇ ਭੰਡਾਰ ਭਰੇ ਪਏ ਨੇ ਘਰ ਵਿੱਚ। ਬੈਣੀ ਘਰ ਵਾਲੀ ਨੂੰ ਪੁੱਛਦਾ, ਕਹਿੰਦਾ ਇਹ ਕਿਵੇਂ ਹੋ ਗਿਆ? ਕਹਿੰਦੀ ਜਿਸ ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਜਾਂਦੇ ਉਹ ਆਇਆ ਸੀ। ਬੈਣੀ ਸੋਚਾਂ ਵਿੱਚ ਪੈ ਗਿਆ, ਮੈਂ ਕਿਹੜੇ ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਜਾਂਦਾ? ਉਹ ਆਇਆ ਸੀ ਤੇ ਜਾਂਦੇ ਜਾਂਦੇ ਇਹ ਵੀ ਆਖ ਗਿਆ, ਕਿਸੇ ਚੀਜ਼ ਦੀ ਲੋੜ ਪੈ ਜਾਵੇ ਮਨ ਵਿੱਚ ਸੋਚ ਲਈ ਤਾਂ ਵੀ ਪਹੁੰਚ ਜਾਇਆ ਕਰਨਗੇ ਸੁੱਖ। ਬੈਣੀ ਦੀ ਤਾੜ ਗਏ, ਐ ਮੇਰੇ ਰੱਬਾ ਐਸੀ ਲਾਲ ਤੁਝ ਵੀ ਨਪਾਉਣ ਕਰੇ, ਐਸੀ ਬਖਸ਼ਿਸ਼ ਤੇਰੇ ਤੋਂ ਬਗੈਰ ਨਹੀਂ ਕੋਈ ਕਰ ਸਕਦਾ, ਇਹ ਨਾਮ ਦਾ ਹੀ ਰੰਗ ਏ। ਬੈਣੀ ਨੇ ਦੱਸ ਦਿੱਤਾ, ਕਹਿੰਦਾ ਮੈਂ ਨਿਰੰਕਾਰ ਦੀ ਬੰਦਗੀ ਵਿੱਚ ਜੁੜਿਆ ਸੀ, ਔਰ ਜੇ ਕੁਝ ਦਿਨ ਦੀ ਬੰਦਗੀ ਇੰਨੇ ਸੁੱਖ ਘਰ ਦੇ ਵਿੱਚ ਆ ਗਏ, ਹੋਰ ਬੰਦਗੀ ਕਰਾਂਗਾ ਤੇ ਕਿੱਥੇ ਤੱਕ ਪਹੁੰਚ ਜਾਵਾਂਗਾ ਸੰਗਤ ਜੀ। ਫਿਰ ਉਹਨੇ ਇੰਨਾ ਸਿਮਰਨ ਕੀਤਾ, ਇੰਨੀ ਬੰਦਗੀ ਕੀਤੀ, ਅੱਜ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਨਾ ਤੇ ਬੈਣੀ ਜੀ ਦੇ ਚਰਨਾਂ 'ਤੇ ਵੀ ਸਿਰ ਰੱਖਦੇ ਹੋ, ਉਹਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬੈਣੀ ਜੀ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸੰਗਤ ਜੀ, ਅੱਤ ਦਾ ਕਲੇਸ਼, ਘਰ ਵਿੱਚ ਹਰ ਪਾਸਿਓਂ ਤੰਗੀ, ਕਿੱਥੋਂ ਤੱਕ ਪਹੁੰਚ ਗਏ? ਜੀਵਨ ਵਿੱਚ ਸਾਧੂ ਪੂਰਾ ਮਿਲ ਗਿਆ। ਸਾਧੂ ਪੂਰਾ ਮਿਲ ਜਾਵੇ ਤੇ ਰੰਗ ਲਾ ਦਿੰਦਾ। ਬਾਬਾ ਨੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਿਆਰ ਵਿੱਚ, ਜਿਨ੍ਹਾਂ ਦੇ ਨਿਉ ਵਿੱਚ ਮਿਲ ਬੈਠੇ ਹੋ, ਇੱਕ ਦਿਨ ਟਾਂਗੇ ਵਿੱਚ ਸਵਾਰ ਹੋ ਕੇ ਨਾਨਕਸਰ ਨੂੰ ਜਾ ਰਹੇ ਨੇ, ਤੇ ਆਪਾਂ ਜਿਨ੍ਹਾਂ ਨੇ ਤੁਸੀਂ ਦਰਸ਼ਨ ਕੀਤੇ ਨਾਨਕਸਰ ਦੇ, ਦਰਸ਼ਨੀ ਡਿਉੜੀ ਤੋਂ ਪਹਿਲਾਂ ਹੀ ਤੁਸੀਂ ਦੇਖਦੇ ਹੋ ਅੱਗੇ ਰੇਲਵੇ ਲਾਈਨ ਆਉਂਦੀ ਹੈ ਤੇ ਉੱਥੇ ਫਾਟਕ ਲੱਗਾ ਹੁੰਦਾ ਹੈ। ਬਾਬਾ ਜੀ ਵੇਲੇ ਵੀ ਸੀ, ਜਦੋਂ ਉਸ ਰੇਲਵੇ ਦੇ ਕਰਮਚਾਰੀ ਨੇ ਵੇਖਿਆ ਵੀ ਬਾਬਾ ਨੰਦ ਸਿੰਘ ਜੀ ਟਾਂਗੇ 'ਤੇ ਬੈਠੇ ਆ ਰਹੇ, ਝੱਟ ਦੇਣੀ ਰੇਲਵੇ ਫਾਟਕ ਖੋਲ ਦਿੱਤਾ ਤੇ ਬਾਬਾ ਜੀ ਟਾਂਗਾ ਲੰਘ ਗਿਆ, ਤੇ ਅਗਾਂਹ ਲੰਘ ਕੇ ਨਾ ਬਾਬਾ ਜੀ ਨੇ ਸੇਵਾਦਾਰ ਨੂੰ ਇਸ਼ਾਰਾ ਕੀਤਾ, ਰੁਕ ਜਾ। ਉਸ ਕਰਮਚਾਰੀ ਨੂੰ ਬੁਲਾਇਆ, ਉਹ ਮੁਸਲਮਾਨ ਸੀ,
ਕਿਉਂ ਬਈ ਸਾਡੇ ਆਣ ਤੇ ਕਿਉਂ ਫਾਟਕ ਖੋਲ ਦਿੱਤਾ ਤੂੰ ਰੇਲਵੇ ਦਾ? ਕਹਿਣ ਲੱਗਾ ਬਾਬਾ ਜੀ, ਦੂਰੋਂ ਹੀ ਤੁਹਾਨੂੰ ਚਾਂਗੇ ਵਿੱਚ ਆਉਂਦਿਆਂ ਵੇਖਿਆ, ਇੰਜ ਪ੍ਰਤੀਤ ਹੋਇਆ ਮੇਰੇ ਅੱਲਾਹ ਦੀ ਬਖਸ਼ੀ ਹੋਈ ਕੋਈ ਰੂਹ ਆ ਰਹੀ ਹੈ, ਮੇਰੇ ਅੱਲਾਹ ਦੀ ਬਖਸ਼ੀ ਰੂਹ ਕੋਈ ਆ ਰਹੀ ਹੈ। ਗੱਡੀ ਆਉਣ ਵਿੱਚ ਅਜੇ ਟਾਈਮ ਸੀ ਤੇ ਮੈਂ ਫਾਟਕ ਖੋਲ ਕੇ ਤੁਹਾਨੂੰ ਲਗਾ ਦਿੱਤਾ, ਤੇ ਬਾਬਾ ਜੀ ਨੇ ਵੇਖਿਆ ਵੀ ਪਿਆਰ ਵਾਲਾ ਲੱਗਦਾ ਕੋਈ। ਸੇਵਾਦਾਰ ਨੂੰ ਕਹਿਣ ਲੱਗੇ ਕੁਝ ਪੈਸੇ ਦੀ ਤਲੀ ਤੇ ਰੱਖ। ਕਹਿੰਦਾ ਬਾਬਾ ਜੀ ਇਹ ਨਹੀਂ ਮੈਂ ਲੈਣੇ, ਇਹ ਮੈਂ ਨਹੀਂ ਲੈਣੇ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੋਰ ਕੀ ਲੈਣਾ ਹੈ? ਕਹਿੰਦਾ ਬਾਬਾ ਜੀ ਜਿਸ ਤਰ੍ਹਾਂ ਫਾਟਕ ਦੀਆਂ ਚਾਬੀਆਂ ਮੇਰੇ ਕੋਲ ਨੇ ਨਾ, ਤੇ ਦਰਗਾਹ ਦੀਆਂ ਚਾਬੀਆਂ ਤੁਹਾਡੇ ਕੋਲ ਨੇ। ਜਿਸ ਤਰ੍ਹਾਂ ਇਹ ਫਾਟਕ ਦੀਆਂ ਚਾਬੀਆਂ ਮੇਰੇ ਕੋਲ ਨੇ, ਮੈਂ ਮਰਜ਼ੀ ਨਾਲ ਖੋਲ ਲੈਂਦਾ ਹਾਂ। ਦਰਗਾਹ ਦੀਆਂ ਚਾਬੀਆਂ ਬਾਬਾ ਆਨੰਦ ਸਿੰਘ ਤੇਰੇ ਕੋਲ ਨੇ, ਉਹ ਜਦੋਂ ਮੈਂ ਦਰਗਾਹ ਵਿੱਚ ਆਵਾਂ ਤੂੰ ਦਰਗਾਹ ਦਾ ਦਰਵਾਜ਼ਾ ਖੋਲ ਦੇਈ। ਤੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਅੱਲਾਹ ਅੱਲਾਹ ਕਰਿਆ ਕਰ, ਅੱਲਾਹ ਅੱਲਾਹ ਕਰਿਆ ਕਰ, ਨੇਮ ਵਧਾ ਦੇ। ਦਰਗਾਹ ਦੀਆਂ ਚਾਬੀਆਂ ਤੇ ਹੈਨ ਪਰ ਦਰਵਾਜ਼ੇ ਉਹਦੇ ਨਾਮ ਨੇ ਖੋਲਣੇ ਨੇ। ਸੱਚੀ ਪਿਆਰੇ ਐਸੇ ਮਹਾਂਪੁਰਸ਼ਾਂ ਹੈ, ਉਹਨਾਂ ਦੇ ਪਿਆਰ ਵਿੱਚ ਤੁਸੀਂ ਮਿਲ ਬੈਠੇ ਹੋ। ਦੋ ਚਾਰ ਮਿੰਟ ਬਾਕੀ ਨੇ ਤੇ ਆਪਾਂ ਗਾ ਲਈਏ। ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀ। ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀਜੈ। ਬਹੁਤੇ ਫੇਰ ਪਏ ਕਿਰਪਨ ਕੋ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀਜੈ, ਅਬ ਕਿਛ ਕਿਰਪਾ ਕੀਜੈ।
ਅਬ ਕਿਛ ਕਿਰਪਾ ਕੀ ਜੈ, ਅਬ ਕਿਛ ਕਿਰਪਾ ਕੀ ਜੈ, ਅਬ ਕਿਛ ਕਿਰਪਾ ਕੀ ਜੈ, ਅਬ ਕਿਛ ਕਿਰਪਾ ਕੀ ਜੈ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਅੱਜ ਦੀ ਇੰਨੀ ਕੀਰਤਨ ਸੇਵਾ ਪ੍ਰਵਾਨ ਕਰਨਾ, ਕੱਲ੍ਹ ਨੂੰ ਫਿਰ ਦੱਸ ਰਹੇ ਤੁਹਾਡੇ ਚਰਨ ਪਰਸਣਗੇ। ਅਗਲਾ ਪ੍ਰੋਗਰਾਮ ਤੁਸੀਂ ਸਟੇਜ ਤੋਂ ਸਰਵਣ ਕਰੋ, ਅਸੀਸ ਬਖਸ਼ਣਾ, ਪਿਆਰ ਸਹਿਤ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।